ਰਮਣ ਜੀ ਮੈਨੂੰ ਵੀ ਘੜੇ 'ਚ ਪਾਣੀ ਦੇ ਜੀ, ਉਹ ਘੜੇ ਤੋਂ ਆਪਣਾ ਚੱਕਿਆ ਕਰੋ। ਕੀ ਵੱਧ ਬਣ ਗਈ? ਆਂਟੀ ਗਈ ਮੈਨੂੰ ਉਹ ਦੇ ਘੜੇ 'ਚੋਂ ਪਾਣੀ ਦੇ ਗਲਾਸ ਦਾ ਦੇ ਦਿਓ। ਅੱਧਾ ਕੀ ਕਰੀ ਮੈਨੂੰ ਤਾਂ ਇਹਨੂੰ ਦੇ ਦੇਈ, ਪਾਣੀ ਦਾ ਨਾ ਬਾ ਫਰਿੱਜ 'ਚੋਂ ਬੋਤਲਾਂ ਜਿਹੀਆਂ ਕੱਢ ਕੇ ਡੋਲ ਦਿਓ, ਇਹੀ ਭਰ ਲਿਆ ਕਰੋ। ਮੈਨੂੰ ਵੀ ਦੇ ਹੁਣ ਉਹ ਹੀ ਕੱਪ ਚੱਕੂ, ਮੈਨੂੰ ਪਤਾ ਸੀਗਾ। ਚਾਜੀ ਬਣ ਗਈ ਅੱਜ 10ਵੀਂ ਆ ਨਾ, ਕੋਈ ਚੱਕਰ ਨਹੀਂ ਬਾਬਾ ਜੀ ਚੱਲਦਾ ਗਾ। ਆਪਾਂ ਕਿਹੜਾ ਬਾਬੇ ਦੀ ਕਾਪੀ ਕਰਦੇ ਹਾਂ, ਬਾਬਾ ਖੁਦ ਬੋਲਦਾ ਉਸਦੀ ਬਾਣੀ। ਜੇ ਆਪਾਂ ਬਾਬੇ ਦੇ ਸ਼ਬਦ ਬੋਲ ਕੇ ਨਾ ਉਹਨੂੰ ਕਾਪੀ ਕਹਿੰਦੇ ਆ, ਇਹ ਬਾਬਾ ਖੁਦ ਆਪਦੀ ਆਪ ਬੋਲਦਾ। ਜੇ ਇਹ ਸ਼ਬਦ ਆਰਾਮ ਆਰਾਮ ਕਰਤਾ ਸਭ ਜੱਗ ਫਿਰੇ ਆਰਾਮ ਨਾਲ ਪਾਇਆ ਜਾਵੇ, ਉਹ ਟਿਊਨ 'ਚ ਬੋਲੇ ਅਤੇ ਫਿਰ ਕਾਪੀਰਾਈਟ ਕਲੇਮ ਆ। ਇਹਨੂੰ ਪਾਣੀ ਪਤਾ ਸੀਗਾ, ਅੱਜ ਸਾਦਾ ਕੁੜੀ ਨੂੰ ਆ ਵੀ ਨਾ ਸਪਰੇ ਨਾਲ ਕੀ ਹੋਏਗਾ, ਲੱਗੀ ਜਾਂਦਾ ਸੀ, ਖਰਾਬ ਹੋਈ ਜਾ ਰਿਹਾ ਸੀ। ਉੱਥੇ ਧੁੱਪ ਨਹੀਂ ਪੈਂਦੀ ਸੀ ਉੱਪਰ ਪਿੱਛੇ ਨੂੰ ਆਉਂਦੀ ਤੇ ਪਈ ਹੈ ਵੈਸੇ ਧੁੱਪ ਇਹਦੇ 'ਤੇ। ਤੇ ਹੋਰ ਕੀ ਪਾਇਆ ਸੀ ਵਿੱਚ ਇਸਦੇ ਪਾਊਡਰ ਜਿਹਾ? ਕੁਛ ਨਹੀਂ ਪਾਇਆ, ਕਹਿੰਦੀ ਬਸ ਦਹੀਂ ਪਾਇਆ। ਕਿਉਂ ਪਾਊਡਰ ਜਿਹਾ ਕੀ ਲਿਆਂਦਾ ਸੀ ਤੁਸੀਂ? ਉਹਦਾ ਪੁੱਛ ਕੇ ਮੈਂ ਕਿਹਾ ਮਾਲੀ ਨੂੰ ਪਾਉਣ ਦੀ ਪਾਉਣੀ ਪੈਣੀ ਹੈ ਤਾਂ ਪਾਇਆ ਤੇ ਪਾਇਆ ਖੇਤ ਐ ਇੱਕ ਸਾਈਡ ਹੀ ਦਿੰਦੇ ਰਹਿੰਦੇ, ਉਹ ਪਿਛਲੀ ਸਾਈਡ ਵੀ ਦੇ ਆ। ਤੂੰ ਚੁੰਨੀ ਸਾਰੀ ਲੈ ਲਈ ਜੀ ਮੰਮਾ, ਚੁੰਨੀ ਨਾ ਗਿਰਦੀ ਜਾਂਦਾ ਸਿਰ ਤੇ ਲੈਣੀ ਸੀ ਤੁਸੀਂ ਹੈਂ ਆਏ 40 ਮੂੰਹ 'ਚ ਪਾ ਲਈ ਪੁੱਤ, ਐਵੇਂ ਨਿਕਲੀ ਦਾ ਹੁੰਦਾ ਜਿਹੜੀ ਚੀਜ਼ ਆਉਂਦੀ ਮੂੰਹ 'ਚ ਪਾ ਦਿੰਦੇ ਤੁਸੀਂ। ਪਾਪਾ ਅੰਦਰ ਕੀ ਕਰੇ ਜਾਂਦੇ ਨੇ ਪੁੱਤ? ਪਾਪਾ ਅੰਦਰ ਧੂਫ ਬੱਤੀ ਕਰੀ ਜਾਂਦੇ, ਅੱਜ ਲੱਛਮੀ ਹੈ ਨਾ ਅਤੇ ਲੋਤੀ ਬਣਾਉਣੀ ਹੈ, ਜੇ ਆਪਾਂ ਲੋਤੀ ਬਣਾਉਣੀ ਬਾਬਾ ਜੀ ਦੀ ਜਾਂ ਪਨੂਰ ਵੀ ਦੇਖੇਗਾ ਨਾਲ ਨਾ ਹੈ ਨਾ। ਹਾਂ ਕੀ ਸੀ ਕੈਮਰੇ ਵਾਲੇ ਦੇਖੀ ਜਾਂਦਾ ਨੀਨੀ ਆ ਰਹੀਆਂ ਜਪਨੋਰ, ਲਾਈਟ ਵੀ ਗਈ ਹੁਣ ਨਾ ਕੱਟ ਲੱਗਣ ਲੱਗ ਗਏ ਨੇ ਕਿਉਂਕਿ
ਕਣਕਾਂ ਸ਼ੁਰੂ ਹੋ ਗਈਆਂ ਵੱਢਣੀਆਂ, ਵੱਢਣ ਲੱਗ ਗਏ ਨੇ ਕਣਕਾਂ, ਅਤੇ ਕੱਟ ਲੱਗਣ ਲੱਗ ਗਿਆ, ਅਤੇ ਸਵੇਰੇ 10 ਵਜੇ ਚਲੀ ਜਾਂਦੀ ਹੈ ਲਾਈਟ, ਅਤੇ ਉਸ ਤੋਂ ਬਾਅਦ ਆਏਗੀ ਸ਼ਾਮੀ 5 ਵਜੇ। ਹਾਂ ਕਹਿੰਦੀ ਹਾਂ, ਬੋਲੋ ਕੁਛ, ਤੁਸੀਂ ਬੋਲੋ ਬੋਲੋ ਜਪਨੂਰ ਬੋਲੋ, ਕੀ ਦੇਖੀ ਜਾਂਦਾ, ਹੈਂਡ ਬਾਹਰ ਨਿਕਾਲੋ। ਆਪੇ ਆਪੇ ਵੇਖ ਕੇ ਕੁਛ ਹੋਈ ਜਾਂਦਾ। ਮੱਖੀਆਂ ਨੂੰ ਦੇਖੀ ਜਾਂਦਾ ਸੀ, ਕਿੱਥੇ ਹੈ, ਕਿੱਥੇ ਉੱਡੀਆਂ ਜਾਂਦੀਆਂ ਅੱਜ? ਦਸਵੀਂ ਦੀ ਰੋਟੀ ਖਾਣੀ ਹੈ, ਬਾਬਾ ਜੀ ਕਿਰਪਾ ਕਰਨ ਕਿ ਮੈਂ ਜਲਦੀ ਜਲਦੀ ਠੀਕ ਹੋਵਾਂ, ਕਿਉਂਕਿ ਰਾਤ ਮੈਂ ਰਿਪੋਰਟ ਡਾਕਟਰ ਨੂੰ ਦਿਖਾ ਕੇ ਆਇਆ ਸੀਗਾ, ਮੇਰੇ ਸੈੱਲ 90% ਆ, 1.5 ਲੱਖ ਚਾਹੀਦੇ ਆ, 1.5 ਲੱਖ ਜਾਂ 1.6 ਇੰਨੇ ਕੁ ਚਾਹੀਦੇ ਹੁੰਦੇ ਡਾਕਟਰ, ਕਹਿੰਦਾ ਕਾਫੀ ਘਟੇ ਹੋਏ ਆ, ਅਤੇ ਇਨਫੈਕਸ਼ਨ ਹੈ ਜਿਹੜੀ 10% ਹੁੰਦੀ ਆ ਉਹ 80 ਆ, ਇਨਫੈਕਸ਼ਨ ਬਹੁਤ ਵਧੀ ਵੀ ਆ, ਯਾਨੀ ਕਿ ਜ਼ਿੰਦਗੀ 'ਚ ਸੇਲਾ ਸੁੱਲਾ ਦਾ ਤਾਂ ਇਨਫੈਕਸ਼ਨ ਦਾ ਤਾਂ ਮੈਨੂੰ ਪਤਾ ਨਹੀਂ ਸੀ ਕੀ ਹੁੰਦਾ ਵਾ, ਕੁੱਲ ਸੈਲ ਥੋੜ੍ਹਾ ਦਾ ਬੁਖਾਰ ਤੋਂ ਮਾੜਾ ਮੋਟਾ ਨੋਰਮਲ ਗੱਲਾਂ ਹੁੰਦੀਆਂ, ਅਤੇ ਪਰ ਫਿਰ ਵੀ ਮੈਂ ਨਾ ਡਾਕਟਰ ਨੇ ਤਾਂ ਮੈਨੂੰ ਬੁਖਾਰ ਦੀ ਦਵਾਈ ਦਿੱਤੀ ਸੀ, ਫਿਰ ਵੀ ਮੈਂ ਠੀਕ ਸਮਝਿਆ, ਮੈਂ ਕਿਹਾ ਚਲੋ ਟੈਸਟ ਕਰਾਉਣੇ ਚਾਹੀਦੇ ਹੈ ਨਾ, ਅੱਜ ਤੱਕ ਇੱਧਰ ਆਏ ਹੁਣ ਤੱਕ ਆਈਏ, ਹੁਣ ਉਮਰ ਦਾ ਤਕਾਜ਼ਾ ਹੁੰਦਾ ਗਾ, ਉਮਰ ਦੇ ਹਿਸਾਬ ਨਾਲ ਬਿਮਾਰੀ ਘੇਰਾ ਪਾਉਂਦੀ ਹੁੰਦੀ ਹੈ ਨਾ, ਅਤੇ ਵੈਸੇ ਤਾਂ ਮੈਂ ਫੂਡ ਫਾਸਟ ਫੂਡ ਵਗੈਰਾ ਕੁਛ ਨਹੀਂ ਖਾਂਦਾ ਗਾ, ਬਹੁਤ ਨਫ਼ਰਤ ਆ ਇਹਨਾਂ ਚੀਜ਼ਾਂ ਤੋਂ, ਹਾਲਾਂਕਿ ਮੈਂ ਸਮੋਸਾ ਵੀ ਕਿਤੇ ਕੀ ਕਹਿਣਾ ਮਹੀਨੇ 'ਚ ਇੱਕ ਵਾਰੀ ਖਾ ਲਾਂ ਇੱਕ ਸਮੋਸਾ ਬਸ, ਮੈਂ ਪਹਿਲੀ ਗੱਲ ਤਾਂ ਮੈਂ ਖਾਂਦਾ ਨਹੀਂ, ਮੈਂ ਤਲੀ ਚੀਜ਼ ਨੂੰ ਤਾਂ ਬਹੁਤ ਜ਼ਿਆਦਾ ਨਫ਼ਰਤ ਕਰਦਾ ਗਾ, ਮੈਂ ਰੋਟੀ ਵੀ ਤਲੀ ਨਹੀਂ ਖਾਂਦਾ, ਰੋਟੀ ਵੀ ਮੈਂ ਆਣ ਚੋਪੜੀ ਖਾਂਦਾ ਗਾ ਬਿਨਾਂ ਕਿਹਾ ਤੋਂ, ਅਤੇ ਹਾਂ ਪਾਣੀ ਮੈਂ ਜ਼ਰੂਰ ਫਰਿੱਜ ਦਾ ਪੀਂਦਾ ਹੁੰਦਾ ਸੀਗਾ, ਅਤੇ ਤੁਸੀਂ ਵਧੀਆ ਕੀਤਾ, ਕਿਉਂਕਿ ਸਾਡਾ ਪਰਿਵਾਰ ਯੂਟਿਊਬ ਫੈਮਿਲੀ ਸਾਡੀ ਚੱਜ ਨਾਲ ਜੁੜੀ ਵੀ ਆ, ਹੈ ਨਾ, ਉਹ ਸਿੱਖਣ ਨੂੰ ਮਿਲਦਾ ਵੱਡੇ ਬਜ਼ੁਰਗ, ਹੈ ਨਾ, ਸਿਆਣੀਆਂ ਭੈਣਾਂ ਮੇਰੀਆਂ ਬੈਠੀਆਂ, ਹੈ ਨਾ, ਅਤੇ ਕੁਛ ਸਿੱਖਣ ਨੂੰ ਮਿਲਦਾ ਸਾਨੂੰ, ਅਤੇ ਉਹਨਾਂ ਨੇ ਕਿਹਾ ਵੀ ਘੜੇ ਵਾਲਾ ਪਾਣੀ ਪੀਆ ਕਰੋ, ਚਲੋ ਮੈਂ ਕੱਲ੍ਹ ਘੜਾ ਲਿਆ, ਘੜਾ ਪਾਣੀ ਦਾ ਭਰ ਕੇ ਰੱਖਤਾ, ਅਤੇ ਪਾਣੀ ਦਾ ਟੇਸਟ ਹੀ ਵੱਖਰਾ ਗਾ, ਅਤੇ ਵਧੀਆ ਲੱਗਿਆ, ਅਤੇ ਫਰਿੱਜ 'ਚੋਂ ਬਸ ਪਾਣੀ ਦੀਆਂ ਬੋਤਲਾਂ ਗਾਇਬ ਕਰ ਦਿੰਦੇ ਆਪਾਂ, ਹੈ ਨਾ, ਜਲਣ ਹੁੰਦੀ ਸੀ ਮੇਰੇ ਇੱਥੇ, ਡਕਾਰ ਆਉਂਦਾ ਸੀ ਜਦੋਂ ਮੈਨੂੰ, ਉਰੋਂ ਮੈਨੂੰ ਜਲਣ ਹੋਣੀ 5-7 ਮਿੰਟ ਲਗਾਤਾਰ, ਅਤੇ ਫਿਰ ਠਹਿਰ ਜਾਣਾ ਰੁਕ ਜਾਣਾ, ਕਹੇ ਨੂੰ ਕੋਈ ਵਾਰਤ ਨਹੀਂ, ਫਿਰ ਇੱਥੇ ਗੁਆਂਢਾਂ ਦੇ ਟੈਸਟ ਕਰਨ ਆਇਆ ਸੀਗਾ, ਅਤੇ ਉਹ ਮਾਤਾ ਦੇ ਜਿਹਦੇ ਟੈਸਟ ਕਰਨੇ ਸੀ ਉਹ ਸ਼ੂਗਰ ਦੇ ਕਰਨੇ ਸੀ, ਉਹ ਖਾਲੀ ਪੇਟ ਹੁੰਦੇ ਆ, ਉਹਦੇ ਨੂੰ ਮਾਤਾ ਰੋਟੀ ਖਾਈ ਜਾਵੇ ਤਾਂ ਭੁੱਖ ਲੱਗ ਜਾਂਦੀ ਆ, ਅਤੇ ਉਹ ਜਾਣੀ ਕਿ 15-20 ਮਿੰਟ ਲੇਟ ਹੋ ਗਿਆ ਡਾਕਟਰ ਆਉਣ ਤੋਂ, ਅਤੇ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਕਿਤੇ ਮੋਟਰਸਾਈਕਲ ਖੜ੍ਹਾ ਆਪਣੇ ਮੋੜ ਮੋੜ ਕੇ ਖੜ੍ਹਾ ਸੀ ਘਰ ਤੋਂ, ਅਤੇ ਮੈਂ ਮਗਰੀ 'ਚ ਲੈ ਗਿਆ, ਉਹ ਮੁੜਿਆ ਵੀ ਉਸੇ ਭਾਅ ਜੀ ਡਾਕਟਰ, ਅਤੇ ਮੈਂ ਕਿਹਾ ਕੀ ਗੱਲ ਆ, ਲੱਗੇ ਮੋੜ 'ਚ ਲਿਆ, ਕਹਿੰਦਾ ਯਾਰ ਬੇਬੇ ਦਾ ਰੋਟੀ ਖਾਈ ਜਾਂਦੀ ਆ, ਅਤੇ ਮੈਂ ਕਿਹਾ ਖੂਨ ਹੀ ਕੱਢਣਾ ਤੂੰ ਭਰਾਵਾ ਮੇਰਾ ਕੱਢ ਜਾਂ ਖਾਲੀ ਕਰ, ਤਾਂ ਮੈਨੂੰ ਮੋੜ ਲੱਗਾ, ਅਤੇ ਕਹਿੰਦਾ ਕੀ ਗੱਲ ਹੋਊਗੀ ਭਾਅ ਜੀ, ਮੈਂ ਕਿਹਾ ਵੀ ਐਂ ਲੱਗਿਆ ਖਰਾਬ ਹੋ ਗਿਆ, ਚਲੋ ਫਿਰ ਮੈਨੂੰ ਕਹਿੰਦਾ ਮੈਂ ਇੱਕ
ਟਾਈਫਾਇਡ ਮਲੇਰੀਆ ਜਾਂ ਡੇਂਗੂ ਡੂੰਗੂ ਜਾਂ ਨਾ ਬਾਹਲਾ ਵਧਿਆ ਹੋਇਆ ਹੈਗਾ ਅਤੇ ਇਹਦੇ ਆਪਾਂ ਟੈਸਟ ਕਰ ਲੈਂਦੇ ਹਾਂ, ਇੱਕ ਇਨਫੈਕਸ਼ਨ ਦੇ ਕਰ ਲੈਂਦੇ ਹਾਂ, ਇੱਕ ਸਿੱਲਾਂ ਦੇ ਕਰ ਲੈਂਦੇ ਹੋਰ। ਚਲੋ ਖੂਨ ਵੀ ਚੈੱਕ ਕਰਾਇਆ ਸੀ, ਕੈਲਸ਼ੀਅਮ ਵੀ ਚਲੋ ਘੱਟ ਹੀ ਆਈ ਆ, ਉਹ ਡਾਕਟਰ ਕਹਿੰਦਾ ਕੋਈ ਖਾਸ ਗੱਲ ਨਹੀਂ, ਉਹਦਾ ਬਾਅਦ 'ਚ ਵੀ ਆਪਾਂ ਦਵਾਈ ਚਾਲੂ ਕਰ ਦਾਂਗੇ ਕੈਲਸ਼ੀਅਮ ਦੀ। ਅਤੇ ਜਿਹੜਾ ਇਨਫੈਕਸ਼ਨ ਅਤੇ ਸੈੱਲ ਜ਼ਿਆਦਾ ਜ਼ਰੂਰੀ ਆ, ਕਹਿੰਦਾ ਹੁਣ ਡਾਕਟਰ ਨੇ ਦਵਾਈ ਦਿੱਤੀ ਹੈ, ਕਹਿੰਦਾ 3 ਦਿਨਾਂ ਬਾਅਦ ਸੈੱਲ ਫਿਰ ਚੈੱਕ ਕਰਾਉਣੇ ਆ ਵੀ ਕਹਿੰਦਾ ਆਪਾਂ ਵੀ ਉਹ ਡਾਊਨ ਨਾ ਹੋ ਜਾਣ। ਡਾਕਟਰ ਜਾਣੀ ਕਿ ਉਹ ਡਾਕਟਰ ਨਾ ਜਿਹੜਾ ਪਹਿਲਾਂ ਡਾਕਟਰ ਤੋਂ ਦਵਾਈ ਦੇ ਲਈ ਸੀ ਮੈਂ, ਅਤੇ ਉਹ ਮੈਨੂੰ ਦਿੱਤੀ ਉਹਨੇ 360 ਰੁਪਈਆਂ ਦੀ। ਜਦੋਂ ਮੈਨੂੰ ਜਾਣੀ ਕਿ ਵਾਧਾ ਦਿੱਤਾ ਕੰਮ, ਅਤੇ ਫਿਰ ਮੈਂ ਮੇਜਰ ਡਾਕਟਰ ਸਾਡੇ ਅਤੇ ਸਾਡੇ ਪਿੰਡ ਦਾ ਪ੍ਰਧਾਨ ਹੀ ਆ, ਸਮਝ ਲਓ ਰੱਬ ਰੂਪ ਬੰਦਾ, ਉਹ ਬਹੁਤ ਵਧੀਆ ਇਨਸਾਨ ਆ, ਉਹਦੇ ਕੋਲ ਗਿਆ ਮੈਂ ਕਿਹਾ ਡਾਕਟਰ ਚੱਕਰ ਮੈਨੂੰ ਬੁਖਾਰ ਚੜਿਆ ਰਾਜ ਆ ਬਹੁਤ ਹੈ ਨਾ। ਉਹਨੇ ਮੈਨੂੰ ਇੱਕ ਮੈਂ ਕਿਹਾ ਖੰਘ ਵੀ ਆ, ਉਹਨੇ ਮੈਨੂੰ ਖੰਘ ਦੀ ਸੀਸੀ ਦਿੱਤੀ ਅਤੇ 3 ਖੁਰਾਕਾਂ ਦਿੱਤੀਆਂ, ਅਪੀਲ ਲਏ 50। ਮੈਂ ਕਿਹਾ ਟੀਕਾ ਲਾ ਦੇ, ਕਹਿੰਦਾ ਲੋੜ ਪਈ ਤਾਂ ਕੱਲ੍ਹ ਨੂੰ ਅਜੀ ਤੂੰ ਕਿਹੜੇ ਕਿਤੇ ਜਾਣਾ, ਠੀਕ ਹੈ ਮੈਂ ਵੀ ਇੱਥੇ ਹੀ ਹਾਂ ਲਾ ਦਾਂਗਾ, ਕਹਿੰਦਾ ਵੈਸੇ ਲੋੜ ਨਹੀਂ। ਬਹੁਤ ਵਧੀਆ ਬੰਦਾ, ਸਮਝਦਾਰ ਡਾਕਟਰ ਆ, ਅਤੇ ਚਲੋ ਮੈਂ ਬਈ ਬੁਖਾਰ ਮੈਨੂੰ ਨਹੀਂ ਚੜਿਆ, ਖੰਘ ਵੀ ਮੇਰੀ ਖਤਮ ਕਰਤੀ ਉਹਨੇ। ਚਲੋ ਕੱਲ੍ਹ ਜਦੋਂ ਮੈਂ ਟੈਸਟ ਲੈ ਕੇ ਗਿਆ, ਮੈਨੂੰ ਕਹਿੰਦਾ ਵੀ ਤੇਰੀ ਇਨਫੈਕਸ਼ਨ ਜਿਹੜੀ 10% ਹੋਣੀ ਚਾਹੀਦੀ ਆ ਉਹ 80 ਆ, ਅਤੇ ਸੈੱਲ ਤੇਰੇ 90 ਆ, 1.5 ਲੱਖ ਤਾਂ ਚਾਹੀਦੀ ਘੱਟ ਘੱਟ ਘੱਟ। ਅਤੇ ਕਹਿੰਦਾ ਵੀ ਆਪਾਂ ਇਹਨਾਂ ਦੀ ਇਹ ਚੀਜ਼ ਚੈੱਕ ਕਰਦੇ ਹਾਂ, 3 ਦਿਨਾਂ ਬਾਅਦ ਆਪਦਾ ਸੈੱਲਾਂ ਦਾ ਟੈਸਟ ਕਰਾ ਲਏ, ਪਹਿਲਾਂ ਸੈੱਲ ਪੂਰ ਕਰਨੇ ਆ, 3 ਇਨਫੈਕਸ਼ਨ ਉਹਨੂੰ ਸੈੱਟ ਕਰਨਾ ਗਾ, ਬਸ ਹੋਰ ਕੋਈ ਚੱਕਰ ਨਹੀਂ ਕਰ, ਹੁਣ ਵੀ ਮੇਰਾ ਪੂਰਾ ਹੀ 12:30। ਅੱਜ ਆਪ ਨੂੰ ਬਸ ਦੂਰੋਂ ਦੂਰੋਂ ਖੜਾ ਹੋ ਰਿਹਾ, ਕਿਉਂਕਿ ਬੱਚੇ ਨੂੰ ਇਨਫੈਕਸ਼ਨ ਬਾਹਲੀ ਛੇਤੀ ਹੁੰਦੀ ਆ, ਇਸ ਕਰਕੇ ਮੈਂ ਬੱਚੇ ਨੂੰ ਦੂਰ ਹੀ ਰੱਖਿਆ। ਹੁਣ ਇਹ ਹੈਗਾ ਹਾਂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਹੁਣ ਖੂਨੇ ਮੈਂ ਦੂਰ ਰੱਖਤੇ ਆ, ਖੂਨੇ ਰੱਖਤੇ ਨਾ ਫਿਰ ਉੱਧਰ ਚੱਕੂ, ਆ ਪਏ ਪੁੱਤ ਨੂਰੇ, ਆਵੇ ਆਵੇ ਖੂਨੇ ਪਏ ਹੈਂ, ਇਹ ਜਪਨੂਰ ਦੇ ਖਲੋਣੇ ਆ ਹੈਂ, ਮੰਮਾ ਬਾਬਾ ਜੀ ਦੀ ਰੋਟੀ ਬਣਾ ਰਹੇ ਆ। ਆਟਾ ਮੇਰੇ ਤੋਂ ਨਾ ਪੇਸ਼ਾ ਪਤਲਾ ਹੋ ਹੈਂ, ਆਟਾ ਪਤਲਾ ਹੋ ਜਾਂਦਾ, ਢਿੱਲਾ ਹੋ ਜਾਂਦਾ, ਰੋਟੀ ਬਣਾਉਣੀ ਛੋਟੀ ਆ, ਇੱਕ ਦਿਨ ਤਾਂ ਰੋਟੀ ਬਣਾਉਣੀ ਹੁੰਦੀ ਆ ਬਾਬਾ ਜੀ, ਉਹ ਇਹ ਤਾਂ ਆਪਾਂ ਨੂੰ ਬਣਾਉਣੀ ਪੈਣੀ ਆ, ਇਹ ਆਪਾਂ ਕਿਸੇ ਤੋਂ ਨਹੀਂ ਨਾ ਲਵਾ ਸਕਦੇ, ਅਤੇ ਇਹ ਜਾਂ ਤਾਂ ਤੈਨੂੰ ਬਣਾਉਣੀ ਪੈਣੀ ਜਾਂ ਮੈਨੂੰ ਬਣਾਉਣੀ ਪੈਣੀ ਆ, ਵੈਸੇ ਤਾਂ ਲੱਗਦੀ ਤਾਂ ਤੁਹਾਡੇ ਤੇ ਤੁਹਾਡੇ ਵੈਸਟ ਨਹੀਂ ਆ, ਅਤੇ ਹੋਰ ਕਿਸੇ ਤੋਂ ਆਪਾਂ ਇਹ ਸੇਵਾ ਹੁੰਦੀ ਆ ਹੈ ਨਾ। ਮੌਸਮ ਹਵਾ ਚੱਲ ਰਹੀ ਅੱਜ, ਲਾਈਟ ਗਈ ਵੀ ਆ, ਕੱਟ ਲੱਗਿਆ ਵਾ, ਸਾਰਾ ਦਿਨ ਕੱਟ ਲੱਗਿਆ ਰਹਿਣਾ ਕਿਉਂਕਿ ਕਣਕਾਂ ਵੱਢਣ ਲੱਗ ਗਏ ਆ। ਚਲੋ ਵਾਹਿਗੁਰੂ ਮਿਹਰ ਰੱਖੇ ਹੈ ਨਾ, ਕਣਕਾਂ ਸਭ ਦੀਆਂ ਬਚਾਈ ਰੱਖੇ, ਫਸਲ ਬਾੜੀ ਸਭ ਦੀ ਸਹੀ ਸਲਾਮਤ ਘਰ ਆ ਜੇ, ਸਹੀ ਸਲਾਮਤ ਮੰਡੀ 'ਚ ਫੁੱਲ ਜੇ। ਉਹਨਾਂ ਦਾ ਪਾਰਸਲ ਆਇਆ ਹੈ ਜਪਨੂਰ ਲਈ, ਮੈਂ ਫਲਿੱਪਕਾਰਟ ਤੋਂ ਮੰਗਵਾਇਆ ਸੀ ਕੁਛ, ਅਤੇ ਕਿੰਨੇ ਦਿਨਾਂ ਬਾਅਦ ਆਇਆ ਮੋਢੇ ਅੱਜ ਪਾਰਸਲ,
ਪਾਰਸਲ ਆ ਗਿਆ ਜਪਨੂਰ ਦਾ। ਵਾਹ ਵਾਹ ਕੱਟ ਗਿਆ। ਉਹ ਦੇਖੋ 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 ਕਿੰਨਾ ਔਖਾ ਹੋ ਰਹੀ। ਜਪਨੂਰ ਜਪਨੂਰ ਆ ਦੇਖ ਤੇਰੀ ਚੀਜ਼ ਕੀ ਆਇਆ, ਗਿਫਟ ਆਇਆ ਜਪਨੂਰ ਲਈ ਗੇ। ਹੈ ਤਾਂ ਯੂਜ਼ਲੈਸ, ਯੂਜ਼ਲੀ ਇਹ ਚੀਜ਼ ਹੈਗੀ ਹੈ, ਯੂਜ਼ਲੈਸ ਨਹੀਂ ਹੈ, ਯੂਜ਼ ਕਰਨ ਵਾਲੀ ਚੀਜ਼ ਹੈ ਜਪਨੂਰ ਦੀ। ਅਸੀਂ ਓਪਨ ਕਰਕੇ ਦੇਖੀਏ ਫਿਰ। ਖੋਲ ਲਿਆ ਛੋਟਾ ਜਿਹਾ, ਦੇਖਦੇ ਹਾਂ ਕਿਵੇਂ ਦਾ ਨਿਕਲੇਗਾ। ਨਮੋ ਪੈਕਿੰਗ ਕਿੰਨੀ ਵੱਡੀ ਹੁੰਦੀ ਹੈ ਨਾ ਇਹਨਾਂ ਦੀ। ਆਹ ਆ ਗਏ ਜਪਨੂਰ ਦਾ ਤੀਥਰ ਆਇਆ ਹੈ, ਸਿਲੀਕੋਨ ਵਾਲਾ ਤੀਥਰ ਹੈ ਅਤੇ ਸਪੂਨ ਹੈ, ਕਿਉਂਕਿ ਜਿਹੜਾ ਸਟੀਲ ਦੇ ਚਮਚ ਹੁੰਦੇ ਨਾ ਉਹ ਲੱਗਦੇ ਆ ਬੱਚਿਆਂ ਨੂੰ ਨਾ, ਖਾਣ 'ਚ ਅੰਦਰ ਦਰਦ ਉਹ ਨਾ ਹੋਵੇ, ਲੱਗ ਨਾ ਜਾਵੇ ਮਸੂੜਿਆਂ 'ਤੇ। ਹੁੰਦਾ ਬੀ ਪੀ ਫ੍ਰੀ, ਇੱਕ ਨਾਲ ਇੱਕ ਫ੍ਰੀ। ਦੇਖੀਏ ਓਪਨ ਕਰਕੇ ਕਿਵੇਂ ਕਰਾਂ ਮੈਂ ਓਪਨ। ਮੇਰੀ ਲੱਤ ਨਜ਼ਰ ਆਈ। ਹਾਏ ਮੈਂ ਇਹਦੇ ਵਿੱਚ ਉਹ ਚਲਦੀ ਰਹਿ ਗਈ। ਆਹ ਵਾਹ ਇਹ ਤਾਂ ਬਹੁਤ ਵਧੀਆ, ਦੇਖਿਓ ਮੁੰਡੇ ਆਹੋ ਆਹ ਟੀਥਰ ਜੇ ਚਬਾਏਗੀ ਨਾ ਜਿਵੇਂ ਆਹ ਵਾਲਾ ਟੀਥਰ। ਇੱਕ ਆਹ ਟੀਥਰ ਮੈਂ ਤਾਂ ਪਹਿਲੇ ਵੀ ਮੰਗਵਾਇਆ ਸੀ ਜਪਨੂਰ ਦੇ, ਹਜੇ ਹੋਈ ਸੀ ਅਤੇ ਥੋੜ੍ਹੇ ਦਿਨਾਂ ਬਾਅਦ ਹੀ ਮੈਂ ਮੰਗਵਾ ਲਿਆ ਸੀ ਉਦੋਂ, ਨਾਲੇ ਹੋਰ ਕੁਝ ਵੀ ਸਮਾਨ ਸੀ ਨਾ। ਚਲੋ ਹੁਣ ਤਿੰਨ ਹੋ ਗਏ। ਇਹ ਵੀ ਆਪਣਾ ਜਿਵੇਂ ਮੂੰਹ 'ਚ ਪਾਉਂਦੀ ਹੈ ਚੀਜ਼ਾਂ ਨਾ ਹੁਣ, ਅਤੇ ਪਾ ਸਕਦੀ ਹੈ ਉਵੇਂ ਵੀ ਹੱਥ 'ਚ ਪਕੜਾ ਤਾ, ਲੱਗੇਗੀ ਨਹੀਂ ਕੁਛ ਨਹੀਂ। ਚਟਨੀ ਬਣਾਵਾਂਗੇ ਜਪਨੂਰ। ਇਹਦੇ ਕਿੰਨਾ ਸਾਰਾ ਲੱਗਦਾ ਨਾ ਮੋਟੇ, ਆਹ ਸਾਰੀ ਟਾਹਣੀ ਤੋੜ ਲਓ। ਛੋਟਾ ਛੋਟਾ ਹੈਗਾ ਕਿੰਨਾ, ਛੋਟਾ ਛੋਟਾ ਹੈ ਕਿੰਨਾ, ਖੁਸ਼ਬੂ ਕਿੰਨੀ ਆ ਰਹੀ ਇਹਦੀ। ਲਿਫਾਫਾ ਲਿਆਂਦਾ ਤੇ ਉਹ ਪਾਣੀ ਪਾਵਾਂਗੇ, ਕੋਈ ਨਹੀਂ ਆਪਾਂ ਦੇ ਕੇ ਹੁਣ ਪਾਣੀ ਪਾ ਕੇ ਜਾਵਾਂਗੇ। ਹਾਂ ਪਾਣੀ ਦਾ ਕੋਈ ਪਾਉਂਦਾ ਨਹੀਂ ਹੋਣਾ ਕੀ ਹੈ। ਆਹੋ ਪਾਣੀ ਵੀ ਨਹੀਂ ਪੈਂਦਾ ਨਾ, ਪਰ ਬਰਸਾਤਾਂ ਦਾ ਹੀ ਪੈਂਦਾ ਹੋਣਾ ਬਸ, ਹੋਰ ਤਾਂ ਨਹੀਂ ਪੈਂਦਾ। ਜਿਹੜਾ ਆਉਂਦਾ ਮੱਥਾ ਟੇਕ ਕੇ ਉੱਠ ਜਾਂਦਾ, ਇਹ ਤਾਂ ਰੱਬ ਵੱਲੋਂ ਹੀ ਲੱਗੀ ਜਾਂਦਾ ਪਿਆ, ਬਾਬਾ ਜੀ ਦੀ ਲੁੱਟ ਲਗਾਉਂਦੇ ਨੇ। ਇਹ ਕਿੰਨਾ ਖਾਧਾ ਵੀ ਹੋਇਆ, ਖਾਧਾ ਕਿੰਨਾ ਗਿਆ ਇਹ ਫਿਰ ਆਇਆ, ਦਵਾਈ ਦਵੂਈ ਨਹੀਂ ਹਲਕੀ ਗਈ ਹੋਣੀ। ਅੱਛਾ ਕੀੜਾ ਵੀ ਬੜਾ ਲੱਗ ਜਾਂਦਾ। ਅਸੀਂ ਅੱਜ ਬਣਾਵਾਂਗੇ ਚਟਨੀ ਵਿੱਚ ਨਾਰਦਾਨਾ ਪਾ ਕੇ, ਅਤੇ ਅੱਗੇ ਤਾਂ ਉਹ ਬਣਾਓ ਹਰੇ ਪਿਆਜ਼ ਪਏ ਨੇ ਨਾ ਉਦਣ ਲਿਆਂਦੇ ਸੀ ਤੁਸੀਂ, ਹੈਂ ਹਰੇ ਪਿਆਜ਼ ਪਏ ਨਾ ਅਤੇ ਬਸ ਉਹ ਲਗਾਵਾਂਗੇ। ਅਜੇ ਕਣਕਾਂ ਵੱਢੀਆਂ ਨਹੀਂ ਗਈਆਂ, ਕਈ ਅੱਧੀਆਂ ਵੱਢੀਆਂ ਗਈਆਂ ਕਈ ਪਾਸੇ ਅਤੇ ਕਈ ਪਾਸੇ ਨਹੀਂ ਵੱਢੀਆਂ ਗਈਆਂ। ਕਿੰਨਾ ਸੋਹਣਾ ਵਿਊ ਇਹਨੂੰ ਹੁੰਦਾ, ਕਿੰਨਾ ਸੋਹਣਾ ਵਿਊ ਆ ਰਿਹਾ ਦੇਖੋ। ਬਾਬੇ ਦੇ ਆਪਾਂ ਬੂਟਾ ਲਾ ਕੇ ਜਾ, ਜਿਹੜੇ ਆ ਪਿੱਛੇ ਲਾਏ ਸੀ ਉਹ ਦੇਖੋ ਅਮਰੂਦ ਦਾ ਤੇ ਜਾਮਨ ਦਾ, ਮੁੰਡੇ ਉਧਰ ਅਮਰੂਦ ਹੋ ਗਿਆ ਨੇ ਦੇਖਿਆ। ਉਹ ਪੈਲੇ ਵਾਲਿਆਂ ਨੂੰ ਪੁੱਛਿਆ ਸੀ ਨਾ, ਉਹ ਕਹਿੰਦੇ ਇੱਥੇ ਲਾ ਇੱਥੇ ਹੀ ਲਾਓ, ਕਰਦਾਂ ਇੱਥੇ ਹੀ ਲਾਏ ਸੀਗੇ। ਚਲੋ ਠੀਕ ਹੈ, ਚਲੋ ਹੁਣ ਚੱਲਨੇ ਆ ਘਰ ਅਸੀਂ। ਬਸ ਬਹੁਤ ਐਨਾ ਇਹਦੇ ਵਿੱਚ ਪਾ ਦਿਓ, ਇਹਦੇ 'ਚ ਉੱਤੇ ਹੀ ਪਾ ਦਿਓ, ਭਰ ਕੇ ਲਿਆ ਦੋ ਪਾਣੀ ਦੇ ਕੀ ਇਹ 'ਚ ਪਾਓ, ਡੱਬੇ ਪਾਣੀ ਦੇ ਭਰ ਕੇ ਲਿਆ ਡੱਬਾ ਲਿਆ ਮੈਂ ਪਾ ਦੇ। ਹੁਣ ਤਾਂ ਗਰਮੀ 'ਚ ਬਹੁਤ ਹੋਇਆ ਕਰੇਗਾ ਆਲੂ।
ਜੜਾਂ ਸੁੱਕੀਆਂ ਪਵਾਂ ਨਾ। ਚਲੋ ਚੱਲਨੇ ਆ ਹੁਣ ਘਰ ਅਸੀਂ ਆਪਾਂ।